ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿੱਥੇ ਸਮੁੱਚੀ ਸਿੱਖ ਕੌਮ ਵਿੱਚ ਉਤਸ਼ਾਹ ਹੈ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਪਹੁੰਚਿਆ ਨਾਨਕ ਨਾਮ ਲੇਵਾ ਸੰਗਤਾਂ ਲਈ ਇੱਕ ਈ ਰਿਕਸ਼ਾ ਦੀ ਇੱਕ ਨਵੇਕਲੀ ਸਹੂਲਤ ਦੀ ਪਹਿਲ ਕੀਤੀ ਹੈ, ਜਿਸ ਵਿੱਚ ਰਿਕਸ਼ਾ ਮਾਲਕ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਦਰਸ਼ਨਾਂ ਲਈ ਆ ਰਹੀਆਂ ਸੰਗਤਾਂ ਨੂੰ ਉਹਨਾਂ ਦੀ ਮੰਜ਼ਿਲ ਤੇ ਪਹੁੰਚਾਇਆ ਜਾਵੇਗਾ। ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਇਹ ਸਹੂਲਤ ਬਿਲਕੁਲ ਫ੍ਰੀ ਹੈ। ਵੱਖ ਵੱਖ ਥਾਵਾਂ ਤੇ ਪ੍ਰਸ਼ਾਸਨ ਵੱਲੋਂ ਅਜਿਹੇ ਈ ਰਿਕਸ਼ਾ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ ਜੋ ਸੰਗਤਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣਗੀਆਂ। ਇਸ ਖੁਸ਼ੀ ਦੇ ਮੌਕੇ ਅਦਾਰਾ ਚੜ੍ਹਦੀ ਕਲਾ ਦੇ ਹੋਣਹਾਰ ਪੱਤਰਕਾਰ ਅਮਰਜੀਤ ਸਿੰਘ ਵੱਲੋਂ ਰਿਕਸ਼ਾ ਚਾਲਕ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਵੱਖ ਵੱਖ ਸਥਾਨਾਂ ਉੱਪਰ ਸੰਗਤਾਂ ਨੂੰ ਲਿਜਾਇਆ ਜਾਵੇਗਾ। ਕੱਲੇ ਤਾਰਨ ਗੁਰੂ ਨਾਨਕ ਆਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦਿਹਾੜਾ ਜਿਹੜਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਜਿਹੜਾ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਵੇਕਲਾ ਉਪਰਾਲਾ ਕੀਤਾ ਗਿਆ। ਸੰਗਤਾਂ ਦੀ ਸਹੂਲਤ ਨੂੰ ਦੇਖਦੇ ਹੋਏ ਜਿਹੜਾ ਪੰਜਾਬ ਸਰਕਾਰ ਵੱਲੋਂ ਈ ਰਿਕਸ਼ਾ ਸ਼ੁਰੂ ਕੀਤੇ ਗਏ ਨੇ। ਈ ਰਿਕਸ਼ਾ ਦਾ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਰਿਕਸ਼ਾ ਜਿਹੜੇ ਨੇ ਸੁਲਤਾਨਪੁਰ ਲੋਧੀ ਦੇ ਵਿਖੇ ਜਿਹੜਾ ਵੱਖ ਵੱਖ ਜਿਹੜਾ ਧਾਰਮਿਕ ਸਥਾਨ ਨੇ, ਇਸ ਰਿਕਸ਼ਾ ਦੇ ਰਾਹੀਂ ਜਿਹੜਾ ਉਹ ਇਸ ਸਥਾਨਾਂ ਦੇ ਦਰਸ਼ਨ ਕਰਾਉਣਗੇ। ਫਿਰ ਤੁਸੀਂ ਦੇਖ ਸਕਦੇ ਹੋ ਜਿਹੜਾ ਈ ਰਿਕਸ਼ਾ ਜਿਹੜਾ ਸੁਲਤਾਨਪੁਰ ਲੋਧੀ ਬੇਰ ਸਾਹਿਬ ਤੋਂ ਜਿਹੜਾ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਵੇਗਾ। ਸੋ ਅਸੀਂ ਗੱਲਬਾਤ ਕਰਦੇ ਹਾਂ ਈ ਰਿਕਸ਼ਾ ਦੇ ਮਾਲਕ ਨਾਲ, ਕਿੱਦਾਂ ਦੀ ਸੁਵਿਧਾ ਜਾ ਰਹੇ, ਕਿੱਥੇ ਲੈ ਕੇ ਜਾ ਰਹੇ? ਅਸੀਂ ਉੱਥੋਂ ਚੁੰਗੀ ਤੋਂ ਲੈ ਕੇ ਮੇਰੀ ਗੁਰਦੁਆਰੇ ਤੱਕ ਲੈ ਕੇ ਜਾ ਰਹੇ ਹਾਂ। ਕਿੱਦਾਂ ਤੁਸੀਂ ਲੈ ਕੇ ਜਾਂਦੇ ਦਰਸ਼ਨ ਕਰਾਉਣ ਤੋਂ ਬਾਅਦ ਕਿੱਥੇ ਛੱਡਦੇ ਉਹਨਾਂ ਨੂੰ? ਗੁਰਦੁਆਰੇ ਵਾਸਤੇ। ਜਿਹੜੇ ਤੁਸੀਂ ਕਾਰਡ ਦਿਖਾ ਰਹੇ ਹੋ, ਇਹ 'ਚ ਕੀ ਮੌਜੂਦ ਹੈ? ਇਹ ਮੌਜੂਦ ਹੈ ਜੀ। ਕਿੰਨੇ ਗੇੜੇ ਲੈ ਰਹੇ ਹੋ, ਕੀ ਗੱਲਬਾਤ ਹੈ ਜੀ? ਹਾਂਜੀ, ਧਿਆਨ ਰੱਖ ਰਹੇ ਪੂਰੀ। ਜੇ ਦਿਨ ਦੀ ਗੱਲ ਕੀਤੀ ਜਾਵੇ, ਦਿਨ 'ਚ ਕਿੰਨੇ ਟੋਟਲ ਜਿਹੜਾ ਗੇੜੇ ਲਾ ਲੈਂਦੇ ਤੁਸੀਂ? ਜੱਜ ਬੈਠ ਨਹੀਂ ਲਾ ਸਕਦੇ ਜੀ, 50 ਲੱਗ ਜਾਣ, 100 ਲੱਗ ਜਾਣ। ਸੋ ਸੰਗਤਾਂ ਤੁਸੀਂ ਦੇਖ ਸਕਦੇ ਹੋ, ਸੰਗਤਾਂ ਜਿਹੜਾ ਇਸ ਰਿਕਸ਼ੇ ਦੇ ਰਾਹੀਂ ਜਿਹੜਾ ਧਾਰਮਿਕ ਸਥਾਨਾਂ ਜਿਹੜੇ ਸੁਲਤਾਨਪੁਰ ਲੋਧੀ ਜਿਹੜੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਜਿਹੜੇ ਧਾਰਮਿਕ ਸਥਾਨ ਨੇ, ਜਿਹੜੇ ਉਹਨਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਨੇ, ਬਿਲਕੁਲ ਫ੍ਰੀ ਹੈ। ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ? ਜਿਹੜਾ ਪੰਜਾਬ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰਾਲਾ ਕੀਤਾ ਗਿਆ ਫ੍ਰੀ ਦਰਸ਼ਨ ਕਰਨ ਦਾ, ਤੁਹਾਨੂੰ ਬਜ਼ੁਰਗ ਨੇੜੇ ਤੁਰ ਕੇ ਨਹੀਂ ਜਾ ਸਕਦੇ, ਕੀ ਕਹਿਣਾ ਚਾਹੁੰਦੇ? ਬੜਾ ਵਧੀਆ ਲੱਗਦਾ ਪਿਆ, ਬਹੁਤ ਵਧੀਆ ਉਪਰਾਲਾ ਕੀਤਾ ਹੈ। ਬਜ਼ੁਰਗਾਂ ਕੋਲ ਤੁਰਿਆ ਨਹੀਂ ਜਾਂਦਾ ਅਤੇ ਸਾਨੂੰ ਫ੍ਰੀ ਯਾਤਰਾ ਕਰਵਾਉਣ ਡਏ ਨੇ ਅਤੇ ਬੜੇ ਖੁਸ਼ ਨਸੀਬ ਅਸੀਂ ਸਮਝਦੇ ਹਾਂ, ਅਤੇ ਸਾਨੂੰ ਗੁਰਦੁਆਰਿਆਂ ਦੇ ਦਰਸ਼ਨ ਕਰਵਾਉਣ ਡਏ ਨੇ ਫ੍ਰੀ। ਅਤੇ ਇਹੋ ਜਿਹਾ ਅੱਜ ਪਹਿਲੀ ਵਾਰ ਵੇਖਿਆ ਆਪਣੇ ਜ਼ਿੰਦਗੀ ਦੇ ਵਿੱਚ, ਅਤੇ ਸਾਨੂੰ ਬੜੀ ਖੁਸ਼ੀ ਹੋਈ ਆ ਇੰਨੇ ਯਾਤਰਾ ਕਰਕੇ, ਜਿਹੜੀ ਫ੍ਰੀ ਵੀ ਯਾਤਰਾ ਕਰਦੇ ਹਾਂ, ਤੁਰ ਕੇ ਵੀ ਆਉਂਦੇ ਪਏ ਹਾਂ, ਅਤੇ ਉਪਰਾਲਾ ਵੇਖ ਕੇ ਬਹੁਤ ਸਾਨੂੰ ਸਰਕਾਰ ਦੀ ਖੁਸ਼ੀ ਹੋਈ ਆ ਵੀ ਸਰਕਾਰ ਨੇ ਇੰਨਾ ਕੀਤਾ। ਮਾਤਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿੱਦਾਂ ਲੱਗ ਰਿਹਾ? ਬਹੁਤ ਅੱਛਾ ਲੱਗ ਰਿਹਾ ਬੇਟੇ, ਅਸੀਂ ਦਿੱਲੀ ਤੋਂ ਆਏ ਹਾਂ, ਦਿੱਲੀ ਤੋਂ ਆ ਕੇ ਅਸੀਂ ਸਾਡੀ ਬਹੁਤ ਸੇਵਾ ਹੋ ਰਹੀ ਹੈ, ਅਸੀਂ ਬਹੁਤ ਅੱਛਾ ਇੰਜੋਏ ਮਹਾਰਾਜ ਦਾ ਜਨਮ ਦਿਨ ਦਾ ਕਰ ਰਹੇ ਹਾਂ, ਬਹੁਤ ਅੱਛਾ ਲੱਗ ਰਿਹਾ, ਸਾਡੀ ਬਹੁਤ ਸੇਵਾ ਹੋ ਰਹੀ ਹੈ, ਜਿੱਥੇ ਰਹਿ ਰਹੇ ਉੱਥੇ ਬਹੁਤ ਅੱਛਾ। ਤੁਸੀਂ ਜਿਹੜਾ ਮਾਤਾ ਜੀ ਤੋਂ ਸੁਣਿਆ ਕਿ ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਜਿਹੜਾ ਉਪਰਾਲਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਪਰਾਲਾ ਕੀਤਾ ਗਿਆ, ਬਹੁਤ ਹੀ ਸ਼ਲਾਘਾਯੋਗ ਕਦਮਾਂ, ਤੁਹਾਨੂੰ ਇੱਕ ਵਾਰ ਦਿਖਾ ਦਈਏ ਰਿਕਸ਼ਾ ਜਿਹੜੇ ਨੇ, ਆਹ ਸਾਰੇ ਜਿਹੜੇ ਕਤਾਰ ਦੇ ਵਿੱਚ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਜਿਹੜੇ ਰਿਕਸ਼ਾ ਜਿਹੜੇ, ਇਹ ਵੱਖ ਵੱਖ ਧਾਰਮਿਕ ਸਥਾਨਾਂ ਦੇ ਜਿਹੜੇ ਨੇ ਉਹ ਦਰਸ਼ਨ ਕਰਾਉਣਗੇ। ਤੁਹਾਨੂੰ ਇੱਕ ਵਾਰੀ ਖੜਨ ਤੋਂ ਦਿਖਾਈ, ਇਹ ਜਿਹੜਾ ਇੱਕ ਜਿਹੜਾ ਇਸ ਸਥਾਨ 'ਤੇ ਆ ਕੇ ਜਿਹੜਾ ਈ ਰਿਕਸ਼ਾ ਦੀ ਜਿਹੜੀ ਐਂਟਰੀ ਹੁੰਦੀ ਹੈ, ਸੋ ਤੁਹਾਨੂੰ ਚੱਲਦਾ ਰਿਕਸ਼ਾ ਦਿਖਾ ਦਈਏ। ਸੋ ਸੰਗਤਾਂ ਜਿਹੜਾ ਰਿਕਸ਼ੇ ਦੇ ਲਈ ਦਰਸ਼ਨ ਕਰ ਰਹੀਆਂ ਨੇ, ਸੋ ਇਹ ਰਿਕਸ਼ਾ ਜਿਹੜਾ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਵੇਗਾ, ਉਪਰੰਤ ਜਿਹੜਾ ਇਹ ਰਿਕਸ਼ੇ ਦੇ ਰਾਹੀਂ ਜਿਹੜਾ ਸਾਰਵੇਂ ਧਾਰਮਿਕ ਸਥਾਨਾਂ ਦੇ ਜਿਹੜਾ ਦਰਸ਼ਨ ਕਰਕੇ ਜਿਹੜਾ ਸੰਗਤਾਂ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੀਆਂ ਨੇ। ਸੁਲਤਾਨਪੁਰ ਲੋਧੀ ਤੋਂ ਅਮਰਜੀਤ ਸਿੰਘ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।